ਅਸਲਾਮ ਵਾਲੇਕੁਮ, ਕੀ ਹਾਲ ਨੇ? ਠੀਕ ਹੋ? ਉਮੀਦ ਕਰਦਾ ਕਿ ਸਾਰੇ ਭੈਣ ਭਰਾ ਖੈਰ ਖਰੀਅਤ ਨਾਲ ਹੋਣਗੇ, ਤਬੀਅਤ ਸਿਹਤ ਠੀਕ ਹੋਏਗੀ। ਲਓ ਜੀ, ਅੱਜ ਕਾਫੀ ਜ਼ਿਆਦਾ ਕੰਮ ਜਿਹੜੇ ਨਾ ਬੜੀ ਦੇਰ ਤੋਂ ਪੈਂਡਿੰਗ 'ਚ ਉਹਨਾਂ ਦੇ ਲਿਸਟਾਂ ਬਣੀਆਂ ਹੋਈਆਂ, ਅਤੇ ਅੱਜ ਤੁਹਾਡਾ ਭਰਾ ਸੁਬਹਾ ਸੁਬਹਾ ਟਾਈਮ ਨਾਲ ਉੱਠ ਕੇ ਫਰੈਸ਼ ਹੋ ਗਿਆ। ਅੱਖਾਂ ਤੋਂ ਤੁਹਾਨੂੰ ਲੱਗ ਰਿਹਾ ਹੈਗਾ ਫਰੈਸ਼ ਨਹੀਂ ਹੋਇਆ, ਕਿਉਂਕਿ ਮੇਰੀ ਨੀਂਦ ਪੂਰੀ ਨਹੀਂ ਹੋਈ। ਦੋ ਤੋਂ ਤਿੰਨ ਘੰਟੇ ਸੌਣ ਤੋਂ ਬਾਅਦ ਨੀਂਦ ਤਾਂ ਪੂਰੀ ਨਹੀਂ ਹੁੰਦੀ, ਲੇਕਿਨ ਮੈਂ ਜੋ ਵੀ ਪਲੈਨਿੰਗ ਕਰ ਰਿਹਾ ਦੋ ਤਿੰਨ ਦਿਨ ਤੋਂ ਡੇਲੀ ਬਾਰ ਬਾਰਿਸ਼ ਬਾਰਿਸ਼ ਬਾਰਿਸ਼, ਅੱਜ ਵੀ ਹਜੇ ਮੈਂ ਉੱਠ ਕੇ ਸ਼ਾਵਰ ਲਿਆ ਅਤੇ ਪਹਿਲੇ ਬਾਰਿਸ਼ ਨਹੀਂ ਸੀ, ਬੱਦਲ ਸੀ। ਮੈਂ ਕਿਹਾ ਚਲੋ ਕੰਮ ਹੋ ਜਾਣਗੇ, ਲੇਕਿਨ ਫਿਰ ਨਾਲ ਬਾਰਿਸ਼ ਸ਼ੁਰੂ ਹੋ ਗਈ। ਲੋਕਾਂ ਦੀ ਈਦ ਆਈ ਅਤੇ ਲੰਘ ਵੀ ਗਈ, ਅਤੇ ਮੈਂ ਕਿਹਾ ਅੱਜ ਤੱਕ ਅਸੀਂ ਨਾ ਵਾਲ ਕਟਾਏ ਨਾ ਦਾੜੀ ਲਵਾਈ, ਚਲੋ ਈਦ ਲੰਘ ਗਈ ਅਸੀਂ ਵਾਲ ਤਾਂ ਕਟਾ ਲਈਏ ਨਾ, ਅਤੇ ਅੱਜ ਦਾ ਟਾਈਮ ਲਿਆ ਸੀ ਨਾਲੇ ਵਾਲ ਸ਼ਾਲ ਕਟਵਾਉਣੇ ਨੇ। ਅਤੇ ਮਾਂ ਮੇਰੀ ਇੱਧਰ ਜਿਹੜਾ ਨਾਸ਼ਤੇ ਬਣਾਈ ਜਾ ਰਹੀ ਆ, ਪਰੌਠਿਆਂ ਨੂੰ ਵਾਲ ਦਿੱਤੀ ਜਾ ਰਹੇ ਨੇ, ਠੀਕ ਹੈ। ਅਤੇ ਵਾਲਦਾ ਦੇ ਕੱਪੜੇ ਵੀ ਨਹੀਂ ਸੀ ਪੇ ਸੀ ਅਜੇ ਈਦ ਵਾਸਤੇ ਜਿਹੜੇ ਲਏ ਸੀਗੇ, ਉਹ ਦਰਜਨ ਨੇ ਕਿਹਾ ਟਾਈਮ ਨਹੀਂ ਆਇਆ, ਅਤੇ ਹੁਣ ਉਹਨਾਂ ਨੇ ਕਿਹਾ ਜੀ ਅਵੇਲੇਬਿਲਿਟੀ ਹੈ ਟਾਈਮ ਦੀ, ਬਾਜੀ ਤੁਸੀਂ ਆ ਕੇ ਕੱਪੜੇ ਦੇ ਜੋ। ਵਾਲਦਾ ਦੇ ਕੱਪੜੇ ਦੇਣੇ ਨੇ, ਉਸ ਤੋਂ ਬਾਅਦ ਮੈਂ ਕਟਿੰਗ ਕਰਵਾਉਣੀ ਹੈ, ਖੱਤ ਕਰਵਾਉਣਾ, ਉਸ ਤੋਂ ਬਾਅਦ ਕੁਛ ਘਰ ਦੀਆਂ ਇਲੈਕਟ੍ਰੀਸਿਟੀ ਦੀਆਂ ਚੀਜ਼ਾਂ ਰਹਿੰਦੀਆਂ ਸੀ ਉਹ ਲੈਣੀਆਂ ਨੇ, ਅਤੇ ਉਸ ਤੋਂ ਬਾਅਦ ਮੈਂ ਕੀ ਕਰਨਾ ਸੀ ਕੀ ਕਰਨਾ ਸੀ ਮੇਨ ਮੋਟਰਸਾਈਕਲ ਦੀ, ਮੇਰੀ ਹੈਡਲਾਈਟ ਜਿਹੜੀ ਨਾ ਉਹ ਬਿਲਕੁਲ ਐਂਡ ਹੋ ਗਈ, ਅਤੇ ਉਹ ਵੀ ਵਿਚਾਰੀ ਮੋਟਰਸਾਈਕਲ ਹੁਣ ਚੀਕਾਂ ਮਾਰਦੀ ਰੋਂਦੀ, ਕਹਿੰਦੀ ਯਾਰ ਕੰਮ ਕਰਵਾ ਲਾ ਮੇਰਾ, ਕੰਮ ਕਰਵਾ ਲਾ। ਹੈ ਟਾਈਮ ਦੀ ਅਵੇਲੇਬਿਲਿਟੀ ਨਹੀਂ ਲੱਗਦੀ ਵੀ, ਮੈਂ ਕਿਹਾ ਚਲੋ ਕੰਮ ਤੇਰਾ ਹੋਵੇ ਨਾ ਹੋਵੇ, ਅੱਜ ਤੇਰੀ ਲਾਈਟ ਤਾਂ ਠੀਕ ਕਰਾਉਣੀ ਕਰਾਉਣੀ, ਕਿਉਂਕਿ ਰਾਤ ਨੂੰ ਬਾਹਰ ਨਿਕਲਣਾ ਜੇ ਫਿਰ ਮੈਂ ਤੰਗ ਹੋ ਰਿਹਾ ਦੋ ਤਿੰਨ ਦਿਨ ਤੋਂ, ਕਿਉਂਕਿ ਲਾਈਟ ਬਿਲਕੁਲ ਡਿਮ ਹੋ ਗਈ, ਅਤੇ ਅੱਜ ਇਹ ਆਪਾਂ ਕੰਮ ਕਰਨੇ ਨੇ, ਅਤੇ ਕਨਫਰਮ ਨਹੀਂ ਹੈ ਕਿ ਸਾਰੇ ਹੋ ਪਾਣਗੇ, ਕਿਉਂਕਿ ਬਾਹਰ ਬਾਰਿਸ਼ ਸ਼ੁਰੂ ਹੋ ਗਈ, ਫਿਰ ਹਲਕੀ ਹਲਕੀ ਸ਼ੁਰੂ ਹੋਈ ਹੈ, ਇੰਨੀ ਜ਼ਿਆਦਾ ਨਹੀਂ, ਲੇਕਿਨ ਜਿਹੜਾ ਹੈ ਨਾ ਮੈਂ ਤੁਹਾਨੂੰ ਦਿਖਾਉਂਦਾ, ਬੱਦਲ ਚੈੱਕ ਕਰੋ, ਬੱਦਲ 'ਤੇ ਫੁੱਲ ਛਾਏ ਪਏ ਨੇ, ਲੇਕਿਨ ਦੇਖੋ ਲੋ ਮੈਂ ਦਰਵਾਜ਼ਾ ਖੋਲਿਆ ਤਾਂ ਬਾਰਿਸ਼ ਤੇਜ਼ ਹੋ ਗਈ, ਤੇਜ਼ ਇਨ ਸੈਂਸ ਕਿ ਇੰਨੀ ਜ਼ਿਆਦਾ ਨਹੀਂ, ਲੇਕਿਨ ਕਣੀਆਂ ਡਿੱਗਣੀਆਂ ਸ਼ੁਰੂ ਹੋ ਗਈਆਂ, ਉਹ ਪਾਣੀ ਤੋਂ ਤੁਹਾਨੂੰ ਫੀਲ ਹੋ ਰਿਹਾ ਹੈਗਾ, ਕਣੀਆਂ ਡਿੱਗਦੀਆਂ ਨਜ਼ਰ ਆ ਰਹੀਆਂ, ਇਹ ਨਜ਼ਰ ਆ ਰਹੀਆਂ ਨੇ ਭਾਈ, ਜਿਹੜਾ ਨਾ ਜਿੱਦਾਂ ਹੀ ਉਹ ਹੋਇਆ ਅਤੇ ਬਾਰਿਸ਼ ਨਾਲ ਜਿਹੜਾ ਨਾ ਬਾਰਿਸ਼ ਸਟਾਰਟ ਹੋ ਗਈ ਹੈ, ਅਤੇ ਹਲਕਾ ਜਿਹਾ ਮੌਸਮ ਅਜੇ ਚੇਂਜ ਹੋਇਆ, ਲੇਕਿਨ ਇੱਕ ਬਾਰਿਸ਼ ਜਿਹੜੀ ਡੇਲੀ ਸ਼ੁਰੂ ਹੋਈ ਜਾ ਰਹੀ, ਬਾਰਿਸ਼ ਹੁਣ ਸਾਰੀ ਵੰਦ ਵਾਹ ਮੰਗ ਰਹੀ ਕਿ ਬਾਰਿਸ਼ ਨਾ ਹੋਵੇ, ਲੇਕਿਨ ਹੁਣ ਆਟੋਮੈਟਿਕਲੀ ਜਿਹੜਾ ਨਾ ਇਹ ਸੀਨ ਹੈ ਕਿ ਜਦੋਂ ਤੁਸੀਂ ਬਾਰਿਸ਼ ਮੰਗਣੀ ਉਦੋਂ ਬਾਰਿਸ਼ ਨਹੀਂ ਆਉਣੀ, ਜਦੋਂ ਤੁਸੀਂ ਬਾਰਿਸ਼ ਨਹੀਂ ਮੰਗਣੀ ਉਸ ਵੇਲੇ ਬਾਰਿਸ਼ ਆਟੋਮੈਟਿਕਲੀ ਆ ਹੀ ਜਾਣੀ। ਇਹ ਕੱਲ੍ਹ ਦਾ ਸਾਡਾ ਖਲਾਰਾ ਜੋ ਜੀ, ਕਿਉਂਕਿ ਵਾਲਦਾ ਰਾਤ ਜਿਹੜਾ ਨਾ ਕੱਪੜੇ ਸੀਂਦੇ ਸੀਂਦੇ ਫਿਰ ਕਾਫੀ ਲੇਟ ਹੋ ਗਿਆ ਸੀ, ਅਤੇ ਉਹਨਾਂ ਨੂੰ ਮੈਂ ਕਿਹਾ ਤੁਸੀਂ ਸੋ ਜਾਓ, ਇਹਨਾਂ ਨੂੰ ਛੱਡ ਦਿਓ ਇੱਥੇ, ਇੱਕ ਕਮੀਜ਼ ਸੀ ਤਾਂ ਇੱਕ ਕਮੀਜ਼ ਉਹ ਵੀ ਗਲਤ ਸੀ ਲਿਆ ਵਿਚਾਰੇ ਨੇ, ਕਿ ਕੀ ਲੈਸ ਪੁੱਠੀ ਲਾ ਲਈ ਇੱਕ ਦੀ, ਅਤੇ ਹੋਰ ਕੀ ਕੀਤਾ, ਹਾਂ ਘੇਰੇ ਦਾ ਦਮਨ, ਦਮਨ ਕੀ ਹੁੰਦਾ, ਅੱਛਾ ਪੈਚ ਪੁੱਠਾ ਲਾਤਾ, ਉਹ ਜੋ ਛਿੰਨਾ ਸੀ ਨਾ ਕੱਪੜਿਆਂ ਦਾ, ਜਿਹੜਾ ਸਭ ਤੋਂ ਫੇਵਰੇਟ ਸੂਟ ਸੀ ਨਾ ਉਹਨੇ ਕੰਮ ਪੈ ਗਿਆ, ਅਤੇ ਇਹ ਹੁਣ ਅੱਖਾਂ ਦੀ ਮੁਹੱਬਤ ਦਾ ਕਮਾਲ ਹੈ। ਆਹ ਲਓ, ਐਸੇ ਖੁਸ਼ੀ 'ਚ ਪਰੌਂਠੇ ਵਿੱਚ ਹੱਥੋਂ ਡਿੱਗੀ ਜਾ ਰਹੇ ਨੂੰ ਘੁੰਮ ਘੁੰਮ ਕੇ, ਕੀ ਯਾਰ ਮੈਨੂੰ ਲੱਗਦਾ ਤੁਹਾਡੀ ਵੀ ਨੀਂਦ ਪੂਰੀ ਨਹੀਂ ਹੋਈ ਹੋਈ, ਤਬੀਅਤ ਨਹੀਂ ਠੀਕ, ਫਿਰ ਪੈਰਾਂ 'ਤੇ ਸਵੈਲਿੰਗ ਤਾਂ ਨਹੀਂ ਹੋ ਗਈ ਹੈ? ਲੈ ਜੀ, ਅੱਜ ਮਾਂ ਦਾ ਸੁਬਹਾ ਸੁਬਹਾ ਮੂਡ ਜਿਹੜਾ ਨਾ ਗਰਮ ਹੋਇਆ ਪਿਆ, ਜਿਵੇਂ ਚਾਹ ਦੀ ਪਿਆਲੀ ਗਰਮ ਹੁੰਦੀ ਹੈ, ਇਸ ਤਰ੍ਹਾਂ ਮੂਡ ਗਰਮ ਹੋਇਆ ਪਿਆ, ਅਤੇ ਇਸ ਤੋਂ ਆਪਾਂ ਹੁਣ ਕੋਈ ਤੰਗ ਨਹੀਂ ਕਰਨਾ, ਖਾਮੋਸ਼ੀ, ਕਿੰਨੇ 5 ਸੈਕਿੰਡ ਵਾਸਤੇ ਸਟੈਚੂ, ਇੱਕ ਦੋ ਤਿੰਨ ਚਾਰ ਪੰਜ, ਲਓ ਜੀ 5 ਸੈਕਿੰਡ ਪੂਰੇ ਹੋ ਗਏ, ਹੁਣ ਦੱਸੋ ਤੁਸੀਂ ਕੀ ਹੋਇਆ? ਕੁਛ ਨਹੀਂ ਹੋਇਆ ਬਸ। ਉਹ ਦੱਸ ਦੇ ਸੋਣੀਏ ਕੀ ਹੋਇਆ ਅੱਜ ਤੇ ਸੁਬਾ ਸੁਬਾ, ਕਿਸੇ ਨੂੰ ਕੁਛ ਕਹਿੰਦੀ ਨਹੀਂ ਕਿ ਐਵੇਂ ਮੇਰੇ ਪ੍ਰੋਪਗੈਂਡੇ ਬਣਾਈ ਰੱਖਦੇ, ਮੇਰੇ ਕੋਲ ਪ੍ਰੋਪਗੈਂਡੇ ਬਣਾਈ ਰੱਖਦੇ, ਤੂੰ ਉਹ ਇੱਕ ਗਾਣਾ ਨਹੀਂ ਸੁਣਿਆ? ਉਹ ਮੈਂ ਇੱਕ ਦਿਨ ਸੁਣਨ ਡਿਆ ਸੀ ਉਹਦੇ ਤੇ ਨਾ ਇੰਸਟਾ ਤੇ, ਉਹ ਪਤਾ ਨਹੀਂ ਕੀ, ਕੋਈ ਸੜਦਾ ਹੈ ਤੇ ਸੜੇ, ਕੋਈ ਲੜਦਾ ਹੈ ਤੇ ਲੜੇ, ਸਾਨੂੰ ਸੱਜਣਾ ਨੂੰ ਕੀ ਪਤਾ ਨਹੀਂ, ਇੰਜ ਕਰਕੇ ਕੁਛ ਬਣਿਆ ਹੋਇਆ ਸੀਗਾ ਉਹ ਗਾਣਾ, ਅੱਜ ਤੁਹਾਨੂੰ ਮੈਂ ਸੁਣਾਉਣਾ, ਠੀਕ ਹੈ, ਤੇ ਰਿਪੀਟ ਤੇ ਸੁਣਾਉਣਾ 5-7 ਵਾਰੀ, ਉਹਨੇ ਮੈਨੂੰ ਪਾਸੇ ਬੈਠੀ ਨੂੰ
ਫਸ ਬੈਠੇ ਹੋ ਐਵੇਂ ਤੰਗ ਕਰੀ, ਚਲੋ ਛੱਡੋ ਤੁਸੀਂ ਹਰ ਸ਼ਾਇਦ ਇਗਨੋਰ ਕਰੋ ਅਤੇ ਬਸ ਵਲਾਣਾ ਇੱਕ ਪਰੌਂਠਾ ਪੱਕ ਗਿਆ ਅਤੇ ਇੱਕ ਪਰੌਂਠਾ ਹੋਰ ਪਕਾਓ ਅਤੇ ਨਾਲ ਦੋ ਤਿੰਨ ਆਂਡੇ ਫੈਂਟ ਕੇ ਸੁੱਟੋ, ਆਂਡੇ ਉਬਾਰ ਪਏ ਠੀਕ ਹੈ, ਦੋ ਤਿੰਨ ਆਂਡੇ ਬਣਾਓ ਅਤੇ ਪਹਿਲੇ ਨਾਸ਼ਤਾ ਬਣਾ ਕੇ ਦਿਓ, ਨਾਸ਼ਤਾ ਕਰਦੇ ਹਾਂ ਫੇਵਰੇਟ ਜਿਹਾ ਕਰਕੇ, ਕਿਉਂਕਿ ਨਾਸ਼ਤਾ ਜਿਹੜਾ ਨਾ ਹੁਣ ਬੜੇ ਦਿਨਾਂ ਬਾਅਦ, ਦਿਨਾਂ ਬਾਅਦ ਕਿਉਂ ਮਹੀਨੇ ਬਾਅਦ ਹੀ, ਕਿਉਂਕਿ ਅਤੇ ਇਹ ਮੇਰੀ ਸਰਕਾਰ ਤੁਸੀਂ ਵੀ ਇਸੇ ਟਾਈਮ ਉੱਠੇ ਜੇ, ਮੈਂ ਇਕੱਲਾ ਨਹੀਂ ਉੱਠਿਆ, ਮੈਂ ਸੁਬਹਾ ਜਿਸ ਟਾਈਮ ਮੈਂ ਉੱਠਿਆ ਨਾ, ਮੈਂ ਤੁਹਾਨੂੰ ਹੁਣ ਗੱਲ ਦੱਸਾਂ, ਆਏ ਬੁੱਢੇ ਹੋ ਗਏ ਇੱਕ ਤਾਂ, ਮੈਂ ਸੁਬਹਾ ਜਿਸ ਟਾਈਮ ਮੈਂ ਸੌਣ ਲੱਗਿਆ 7 ਵਜੇ, ਉਹ ਜਦੋਂ ਮੈਂ ਬਾਹਰ ਗਿਆ ਵੇਖਣ ਵਾਸਤੇ ਕੀ ਸੀ, ਉਦੋਂ ਮੈਨੂੰ ਭੁੱਖ ਲੱਗੀ ਸੀ ਅਤੇ ਮੇਰਾ ਦਿਲ ਕਰਦਾ ਫਿਰ ਨਾਸ਼ਤਾ ਲੈ ਕੇ ਆਵਾਂ, ਅਤੇ ਨਾਸ਼ਤਾ ਲੈਣ ਚੱਲਾ, ਫਿਰ ਮੈਂ ਨਾ ਲੱਗਦੀ ਸੀ ਠੰਡ, ਮੈਂ ਬਾਹਰ ਨਿਕਲਿਆ ਤਾਂ ਬਾਹਰ ਠੰਡੀ ਹਵਾ ਸੀ, ਫਿਰ ਮੈਂ ਕਿਹਾ ਲੱਗਣੀ ਹੈ ਠੰਡ, ਮੈਂ ਤੁਹਾਨੂੰ 2-3 ਵਾਰੀ ਇਸ਼ਾਰਿਆਂ 'ਚ ਪੁੱਛਿਆ, ਮੈਂ ਕਿਹਾ ਭੁੱਖ ਤਾਂ ਨਹੀਂ ਲੱਗੀ, ਤੁਸੀਂ ਕਹਿੰਦੇ ਮੈਨੂੰ ਤਾਂ ਨੀਂਦ ਆਈ ਹੈ, ਉਦੋਂ ਮੈਨੂੰ ਭੁੱਖ ਲੱਗੀ ਹੋਈ ਸੀ ਅਤੇ ਮੈਂ ਸੀਗਾ, ਮੈਂ ਸੋਚ ਰਿਹਾ ਸੀ ਕਿ ਨਾਸ਼ਤਾ ਲੈ ਕੇ ਆਵਾਂ। ਮਾਸ਼ਾਅੱਲਾ ਜੀ, ਨਾਸ਼ਤਾ ਆਪਣਾ ਬਣ ਗਿਆ, ਅੰਡਾ ਪਰਾਠਾ ਆਪਣਾ ਬਣ ਗਿਆ ਠੀਕ ਹੈ, ਅਤੇ ਹੁਣ ਨਾਸ਼ਤਾ ਕਰੀਏ, ਉਸ ਤੋਂ ਪਹਿਲੇ ਤਾਂ ਬਾਹਰ ਬਾਰਿਸ਼ ਹੋਰ ਤੇਜ਼ ਹੋ ਗਈ ਹੈ, ਅੱਗੇ ਨਾਲੋਂ ਵੀ ਤੇਜ਼ ਹੋ ਗਈ, ਹੁਣ ਬਾਹਰ ਛਣ ਛਣ ਦੀ ਜਿਹੜੀ ਨਾ ਆਵਾਜ਼ ਫੁੱਲ ਸਪੀਡ ਨਾਲ ਆ ਰਹੀ ਹੈ। ਨਾਸ਼ਤਾ ਕਰਨ ਤੋਂ ਬਾਅਦ ਮਿਲਦੇ ਹਾਂ, ਅਗਰ ਬਾਰਿਸ਼ ਰੁਕੀ ਤਾਂ ਸਾਰਾ ਕੁਛ ਹੋ ਜਾਏਗਾ, ਨਹੀਂ ਤਾਂ ਫਿਰ ਤੁਹਾਡਾ ਆਪਣਾ ਫੇਅਰ ਘਰ ਦੇ ਕੰਮ ਕਾਜ। ਹਾਂਜੀ ਮਾਂ ਜੀ, ਇਕੱਲੇ ਇਕੱਲੇ ਚਾਹਵਾਂ ਪੀਰੀ 'ਚ ਆ ਰਹੇ ਜੇ, ਹੈਂ ਬਣਾ ਕੇ ਰੱਖ ਦਿੱਤੀ, ਬਣਾ ਕੇ ਨਹੀਂ ਨਹੀਂ ਤੁਸੀਂ ਕਿਹਾ ਬਣਾ ਕੇ, ਐਵੇਂ ਚ ਰਿਕਾਰਡਿੰਗ ਹੋ ਗਈ ਹੈ, ਤੁਸੀਂ ਕਿਹਾ ਬਣਾ ਕੇ ਰੱਖ ਦਿੱਤੀ ਹੈ, ਲਓ ਜੀ ਮਾਂ ਮੇਰੀ ਨੇ ਬਣਾ ਕੇ ਰੱਖ ਦਿੱਤੀ ਹੈ। ਇਹ ਸੱਚ ਮੈਨੂੰ ਕੱਪਾਂ ਤੋਂ ਯਾਦ ਆਇਆ, ਇਹ ਗੰਜੇ ਕਾਣੇ ਆ ਕਿ ਇਹ ਸਹੀ ਕੱਪ? ਨਹੀਂ ਜੀ, ਇਹ ਸਪੈਸ਼ਲ ਕੱਪ ਆ। ਅੱਛਾ, ਇਹ ਸਪੈਸ਼ਲ ਆ ਗੰਜੇ ਕਾਣੇ ਜਿਹੜੇ, ਉਹ ਜਿਹੜੇ ਨੇ ਉਹ ਕੱਪ ਜਿਹੜੇ ਸਾਡੇ ਗੰਜੇ ਕਾਣੇ ਨੇ, ਤੇ ਦੇਸੀ ਆ, ਆਹ ਵਲੈਤੀ, ਇਹ ਵਲੈਤੀ ਹੈ, ਇਹ ਕਤਰ ਚੋਂ ਆਏ ਨੇ, ਅਰਬ ਚੋਂ ਆਏ ਆ, ਇਹ ਅਰਬ ਚੋਂ ਆਏ ਨੇ, ਸਾਊਦੀਆ ਚੋਂ ਆਏ ਆ, ਅਲ ਰਿਆਜ਼ ਚੋਂ। ਲਓ ਜੀ ਆ ਅਸੀਂ ਨਾ ਕੀ ਕਿਹਾ ਸੁਣੇ, ਚਾਹ ਬਣਾਇਆ ਤੀ ਹੈ, ਚਾਹ ਬਣਾ ਕੇ ਰਾਤੀ ਚਾਹ ਬਣਾਇਆ ਤੀ ਹੈ, ਤੇ ਲਓ ਜੀ ਚਾਹ ਬਣਾਇਆ ਛੱਡੀ ਹੈ, ਮੇਰੇ ਮੂੰਹ ਚ ਨਾ ਚਾਹ ਬਣਾਇਆ ਛੱਡੀ ਹੈ, ਤੇ ਹੁਣ ਤੁਸੀਂ ਗੱਤ ਲੋ ਹੈ, ਹੁਣ ਤੁਸੀਂ ਗੱਤ ਲੋ। ਲਓ ਜੀ ਚਾਹ ਬਣ ਗਈ ਹੈ, ਕਿਸੇ ਨੇ ਪੀਣੀ ਹੈ ਤੇ ਆਪਦੇ ਘਰੇ ਚੁੱਲ੍ਹਾ ਗਰਮ ਕਰੋ, ਤੇ ਚਾਹ ਪੋ, ਸਾਡੇ ਗੈਸ ਚਲੀ ਗਈ ਹੋਈ ਹੈ, ਠੀਕ ਹੈ, ਚਲੀ ਗਈ ਆ, ਹੁਣ ਸਿਲੰਡਰ ਤੇ ਹੀ ਬਣੇਗੀ। ਮਜ਼ੇ ਦੀ ਗੱਲ, ਮਜ਼ੇ ਦੀ ਗੱਲ ਤੇ ਬਹੁਤ 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 ਜ਼ਿਆਦਾ ਖੁਸ਼ਖਬਰੀ, ਬਾਹਰ ਬਾਰਿਸ਼ ਰੋਕੀ, ਬਾਰਿਸ਼ ਰੋਕੀ, ਹਾਂ ਅੱਲਾਹ ਤਾਲਾ ਹੁਣ ਇਹਨੂੰ ਰੋਕ ਦੇਵੇ, ਮੇਰੀ ਦੁਆ ਹੈ ਅੱਲਾਹ ਤਾਲਾ। ਮਾਂ ਪਤਾ ਕਿਉਂ ਇਹਨੇ ਦੁਆਵਾਂ ਕਰਨ ਦੀ, ਕਹਿੰਦੇ ਮੈਨੂੰ ਦਰਜ ਨਾਲ ਲੈ ਕੇ ਜਾਣਾ, ਦਰਜਨ ਨੂੰ ਤੂੰ ਛੱਡ ਪਰਾਂ, ਦਰਜਨ ਨੂੰ ਤੂੰ ਛੱਡ, ਹਾਂ ਛੱਡ ਦੇ, ਮੈਂ ਫੜਿਆ ਕਿੱਥੋਂ ਸੀ, ਮੈਂ ਛੱਡ ਦਿੱਤਾ, ਆਹ ਲੋ ਛੱਡ ਦੇ ਨਾਲ, ਫਿਰ ਛੱਡ ਦੇ, ਛੱਡ ਦਿੱਤਾ। ਜਿਹੜੀ ਗੱਲ ਇਹ ਮੇਨ ਚੀਜ਼ ਦੁਆ ਕਿਉਂ ਕਰਨ ਡਈ ਆ, ਯਾ ਮਾਲਕਾ ਸਾਲ ਪੂਰਾ ਖਾਣੀ ਹੈ ਰੋਜ਼ੀ, ਪੂਰਾ ਸਾਲ ਖਾਣੀ ਹੈ ਰੋਜ਼ੀ, ਉਹ ਵਾਹੀ 'ਚ ਪਈ ਹੈ, ਮਾਲਕਾ ਤੂੰ ਮਦਦ ਕਰਨੀ ਹੈ, ਤੂੰ ਰਹਿਮ ਕਰਨਾ ਹੈ, ਅਤੇ ਅਸੀਂ ਉਹ ਖਾ ਸਕਣਾ ਹੈ, ਤੇਰੇ ਬਗੈਰ ਤਾਂ ਅਸੀਂ ਕੁਛ ਵੀ ਨਹੀਂ ਕਰ ਸਕਦੇ। ਚਲੋ ਬਸ ਬਸ, ਇਮੋਸ਼ਨਲ ਨਹੀਂ ਹੋਣਾ, ਚਾਹ ਪੀਣੀ, ਇਮੋਸ਼ਨਲ ਨਹੀਂ ਹੋਣਾ, ਇਨਸ਼ਾਅੱਲਾ ਬਾਰ ਬਾਰ ਇਹ ਦਿਲ 'ਚ ਆਈ ਜਾਂਦੀ, ਰਾਤ ਵੀ ਮੇਰੇ ਪਈ ਦੇ, ਯਾ ਅੱਲਾ ਮਾਫ ਕਰ ਦੇ, ਮਸਕੀਨ ਬੰਦੇ ਹਾਂ ਤੇਰੇ ਅਸੀਂ, ਅਤੇ ਗਰੀਬ ਬੰਦਿਆਂ ਨੇ ਇਹੀ ਤਾਂ ਹੁੰਦਾ ਸਾਲ ਪਿੱਛੋਂ ਰੋਜ਼ੀ ਜਿਹੜੀ ਬਾਹਰ ਰੁਲੀ ਪਈ ਹੈ। A few moments later. ਲੋ ਜੀ ਸਾਸੀ ਨਾ ਇੱਕ ਬੰਦਾ ਫੜ ਲਿਆ ਅੱਜ, ਠੀਕ ਹੈ, ਬੰਦਾ ਕੀ ਫੜ ਲਿਆ, ਇਹਨੂੰ ਤਾਂ ਫੈਂਟੀ ਲੱਗਣੀ ਹੈ, ਫੈਂਟੀ ਲੱਗਣੀ ਹੈ, ਹਾਂ ਉਹ ਸੰਡੇ ਨੂੰ ਟੈਨਸ਼ਨ ਹੀ ਕੋਈ ਨਹੀਂ, ਅੱਜ 5 ਦਿਨ ਹੋ ਗਏ, ਲੈ ਇਹੀ ਉਹ ਅਗਲੀ ਜ਼ਿੰਦਾ ਦਿਲ ਬਾਜੀ ਵੇ, ਉਹਨੂੰ ਟੈਨਸ਼ਨ ਕੋਈ ਨਹੀਂ, ਉਹ ਕਹਿੰਦੀ ਮੈਂ ਇੰਨੀ ਪਰੇਸ਼ਾਨ ਹੋ ਗਈ ਆ, ਮੈਨੂੰ ਪਤਾ ਨਹੀਂ ਕੁਝ ਹੋ ਹੀ ਨਾ ਗਿਆ ਹੋਵੇ, ਮੈਂ ਸ਼ਾਦੀ ਕਰਨ ਦੇ ਸੋਹਰੇ ਦੇ ਫੈਂਟੀ ਨਾਲ ਆ ਰਿਹਾ ਹੋ ਰਿਹਾ ਕਿ ਇੰਨੀ ਜੁਰਤ, ਅਗਲੀ ਸ਼ਾਦੀਆਂ ਖਾ, ਉਹ ਬਾਜੀ ਅਗਲੀ ਸ਼ਾਦੀਆਂ ਖਾ ਕੇ ਆਈ, ਆ ਉਹ ਅਗਲੀ ਸ਼ਾਦੀਆਂ ਖਾ ਕੇ ਆਈ, ਤੁਸੀਂ ਤੇ ਐਵੇਂ ਟੈਨਸ਼ਨ ਲੈ ਗਏ ਤੇ ਬੰਦਾ ਦੱਸ ਅੱਲ ਅੱਲ ਫਿਰ ਤੂੰ ਮੇਰੀ ਵੀ ਗਾਵਤ ਤੇ ਜਾ ਯਾਰ ਇਹ ਸਵੇਰ ਨੂੰ ਤੇ
ਉਹ ਅਗਲੀਆਂ ਦੇ ਵਿਆਹ ਇੰਜੋਏ ਕਰਦੀ ਫਿਰ ਬਾਜੀ ਨੇ ਦੇਖੋ ਕਿਸੇ ਨੂੰ ਨੀ ਦੱਸਿਆ ਬਾਜੀ ਨੇ ਹਰ ਪਾਸੇ ਅਗਲੀਆਂ ਨਾ ਵਾਮ ਸਾਰੀ ਸਮਝੀ ਬਾਜੀ ਨੂੰ ਬਹਿਣ ਦੇਗੀ ਹਰ ਪਾਸੇ ਸਾਰੀ ਵਾਮ ਨੇ ਨਾ ਜਿੰਨੇ ਜਿੰਨੇ ਵੀ ਤੁਹਾਡੇ ਕਲਾਇੰਟ ਨੇ ਸਾਰਿਆਂ ਨੇ ਸਮਝਿਆ ਸਾਰੇ ਜਿੰਨੇ ਜਿੰਨੇ ਘਰਾਂ ਦੇ ਹੈ ਨੇ ਉਹ ਸਾਰੇ ਘਰਾਂ ਨੇ ਸਮਝਿਆ ਮਾਂ ਜੀ ਸਮਝ ਮਾਂ ਕਹਿੰਦੀ ਕਿਤੇ ਫੈਂਟੀ ਫੁੰਟੀ ਲੱਗ ਗਈ ਤੇ ਕੁੜੀ ਲਾਤਾ ਮੈਨੂੰ ਕਿਤੇ ਭਾਵੇਂ ਹਸਪਤਾਲ ਪਈ ਹੋਵੇ ਲੈ ਵੇਖ ਲਓ ਬਾਜੀ ਅਗਲੀ ਕਹਿੰਦੀ ਹੁੰਦੀ ਇੰਨੀ ਮਤ ਮੈਂ ਆਹ ਫੈਂਟੀ ਲਾ ਦੇਣੀ ਹੈ ਇਹ ਨਹੀਂ ਇੱਥੋਂ ਨਾ ਇੱਥੋਂ ਮੈਨੂੰ ਇੱਕ ਗੱਲ ਯਾਦ ਆਈ ਮੈਂ ਜਿਹੜੀ ਨਾ ਪਿਛਲੀ ਤੋਂ ਪਿਛਲੀ ਕੰਪਨੀ ਜਿੱਥੇ ਕੰਮ ਕਰਦਾ ਸੀ ਨਾ ਉੱਥੇ ਇੱਕ ਦੋਸਤ ਸੀ ਅਤੇ ਉਹਦੀ ਆਉਣ ਵਾਲੀ ਸ਼ਾਦੀ ਠੀਕ ਹੈ ਉਹਨੇ ਕੰਪਨੀ ਕੋਲ ਮੰਗੀਆਂ ਛੁੱਟੀਆਂ ਅਤੇ ਕੰਪਨੀ ਨੇ ਕਿਹਾ ਸਿਰਫ ਤੈਨੂੰ ਨਾ 5 ਦਿਨ ਦੀਆਂ ਛੁੱਟੀਆਂ ਦੇਣੀਆਂ ਨੇ ਉਹ ਕਹਿੰਦਾ 5 ਦਿਨ ਦੀਆਂ ਛੁੱਟੀਆਂ ਤੁਸੀਂ ਨਾ ਦਿਓ ਉਹਨੇ ਚੁੱਪ ਕਰਕੇ ਕਹਿੰਦਾ ਕਿ ਮੈਂ ਛੱਡਣਾ ਕੰਪਨੀ ਨੂੰ ਦੇਣਾ ਰਿਜ਼ਾਈਨ ਠੀਕ ਹੈ ਕੰਪਨੀ ਛੱਡ ਦੇਣੀ ਆ ਅੱਗੇ ਨਵੀਂ ਜੋਬ ਲੱਭ ਲੈਣੀ ਆ 2 ਮਹੀਨਿਆਂ ਦੇ ਵਿੱਚ ਬ੍ਰੇਕ ਪੀਰੀਅਡ ਦੇ ਦੇਣਾ ਅਤੇ ਚੁੱਪ ਕਰਕੇ ਕਹਿੰਦਾ 2 ਮਹੀਨੇ 'ਚ ਵਿਆਹ ਕਰਾ ਲੈਣਾ ਨਾ ਕਿਸੇ ਦਾ ਮੈਨੂੰ ਫੋਨ ਆਵੇ ਨਾ ਮੈਨੂੰ ਕੋਈ ਟੈਨਸ਼ਨ ਨਾ ਮੈਨੂੰ ਕੋਈ ਬੁਲਾਏ ਉਹੀ ਕੰਮ ਬਾਜੀ ਨੇ ਕੀਤਾ ਬਾਜੀ ਨੇ ਕਿਹਾ ਲਓ ਜੀ ਬਿਨ ਬੁਲਾਏ ਜਾਓ ਠੀਕ ਹੈ ਸਾਰੇ ਸਮਝੇ ਨੇ ਸਾਰੇ ਘਰਾਂ 'ਚ ਕੰਮ ਛੱਡ ਦਿੱਤਾ ਇਹਨਾਂ ਇੱਧਰ ਵੀ ਕਹਿ ਦਿੱਤਾ ਸ਼ਕੀਲਾ ਨੂੰ ਤੁਹਾਡੇ ਸਾਰੇ ਪਾਸੇ ਸਾਰਿਆਂ ਨੇ ਕਹਿ ਦਿੱਤਾ ਉਹਨਾਂ ਨੇ ਕਿਹਾ ਬਾਜੀ ਬਿੰਦ ਸੀ ਗੈਪ ਹੋ ਗਈ ਹੈ ਨਹੀਂ ਹੁਣ ਹੁਣ ਇੱਕ ਕੱਲ ਦੀ ਵੀ ਛੁੱਟੀ ਹੈ ਵਲੀਮੇ ਦੀ ਛੁੱਟੀ ਪਾਈ ਵਲੀਮਾ ਖਾਓ ਹਾਂ ਵਲੀਮਾ ਖਾਓ 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 ਵਲੀਮਾ ਖਾਓ ਨਹੀਂ ਵਲੀਮਾ ਕੀ ਪਤਾ ਉਹਨਾਂ ਦਾ ਰਾਤ ਦਾ ਫੁੱਲ ਛੁੱਟੀ ਵਲੀਮੇ ਦੀ ਫੁੱਲ ਛੁੱਟੀ ਆ ਲੈ ਨਾਲ ਹੀ ਵਲੀਮਾ ਰਾਤ ਦਾ ਹੋ ਗਿਆ ਨਾਲ ਹੀ ਵਲੀਮਾ ਆ ਲੈ ਜ਼ਿੰਦਗੀ ਤੇ ਬਾਜੀ ਦੀ ਇੰਜੋਇਮੈਂਟ ਤੇ ਅਗਲੀ ਉਹ ਕਰ ਜ਼ਿੰਦਗੀ ਤੇ ਉਹ ਜੀਣ ਡਈ ਹੈ ਬਾਦਸ਼ਾਹ ਹੋਈ ਜ਼ਿੰਦਗੀ ਹੈ ਅੱਜ ਸਵਾਰ ਕੇ ਸਫਾਈਆਂ ਕਰਦੇ ਤੇ ਕੱਲ ਦੀ ਫਿਰ ਛੁੱਟੀ ਇੰਜੋਇਮੈਂਟ ਤੁਹਾਡੀ ਉਦਣ ਦੀ ਭਾਂਡਿਆਂ ਦੀ ਡਿਊਟੀ ਮੇਰੀ ਹੁਣ ਵੀ ਭਾਂਡੇ ਮਾਂਜ ਕੇ ਹਟਿਆ ਭਾਂਡੇ ਧੋ ਕੇ ਉਹ ਮੇਰੇ ਨਾਲ ਫਿਰ ਤੁਹਾਨੂੰ ਡਬਲ ਈਦੀ ਉਹ ਮੇਰੇ ਨਾਲ ਤੁਹਾਨੂੰ ਡਬਲ ਈਦੀ ਨਹੀਂ ਈਦ ਈਦ ਤੁਸੀਂ ਈਦ ਵਾਲੇ ਦਿਨ ਆਏ ਤੁਸੀਂ ਹੁਣ ਈਦ ਵਾਲੇ ਦਿਨ ਆਏ ਹੁਣ ਮੈਂ ਭਾਂਡੇ ਦੋ ਤੁਹਾਨੂੰ ਈਦ ਮੈਨੂੰ ਦੇਣੀ ਪੈਣੀ ਹੈ ਹਾਂ ਤੁਹਾਡੇ ਹਿੱਸੇ ਦਾ ਕੰਮ ਮੈਂ ਕੀਤਾ ਹੁਣ ਤੁਹਾਨੂੰ ਈਦ ਮੈਨੂੰ ਦੇਣੀ ਪੈ ਜਾਣੀ ਹੈ ਆਹੋ ਉਮਰ 'ਚ ਮੇਰੇ ਤੋਂ ਕਿੱਥੋਂ ਛੋਟੇ ਤੁਸੀਂ ਵੀ ਹੁਣ ਤੁਹਾਨੂੰ ਜਿਹੜਾ ਨਾ ਈਦ ਤੁਹਾਡੀ ਮੁੱਕ ਗਈ ਕਿਉਂਕਿ ਤੁਸੀਂ ਈਦ ਵਾਲੇ ਆਏ ਨੀ ਮਾਸ਼ਾਅੱਲਾ ਜੀ ਫਾਈਨਲੀ ਬਾਰਿਸ਼ ਰੁਕ ਗਈ ਠੀਕ ਹੈ ਅਤੇ ਮੌਸਮ ਹੋ ਗਿਆ ਖੁਸ਼ਕ ਚੈੱਕ ਕਰੋ ਬੱਦਲ ਫੁੱਲ ਛਾਇਆ ਨਹੀਂ ਮੌਸਮ ਟੋਟਲੀ ਫਰੈਸ਼ ਹੈ ਲੇਕਿਨ ਖੁਸ਼ਕ ਲਓ ਜੀ ਹੁਣ ਡੋਲਾ ਅਤੇ ਮੈਂ ਕੱਠੇ ਅਤੇ ਹੁਣ ਅਸੀਂ ਚੱਲੇ ਹਾਂ ਡੋਲਾ ਜਿਹੜਾ ਕਹਿ ਰਿਹਾ ਕਿ ਮੈਨੂੰ ਕੱਪੜੇ ਲੈਣ ਜਾਂਦਾ ਠੀਕ ਹੈ ਡੋਲਾ ਦਰਜੀ ਕੋਲ ਜਾਣਾ ਅਤੇ ਦਰਜੀ ਕੋਲ ਲੈ ਕੇ ਚੱਲੇ
ਲੇਟਰ ਹੱਥ ਵਗੈਰਾ ਹੋ ਗਿਆ ਕਟਿੰਗ ਕਰਵਾ ਲਈਏ ਤੇ ਮੈਨੂੰ ਲੱਗ ਰਿਹਾ ਕਿ ਅੱਜ ਮੇਰੀ ਗਿੱਜਾ ਜੀ ਮਿਹਰਬਾਨੀ ਤੁਹਾਡੀ ਅੱਜ ਮੇਰੀ ਚਾਂਦ ਰਾਤ ਹੋ ਗਈ ਹੁਣ ਹੁਣ ਸੁਬਹ ਮੈਂ ਈਦ ਮਨਾਵਾਂਗਾ ਅੱਜ ਮੇਰੀ ਚਾਂਦ ਰਾਤ ਹੋ ਗਈ ਕਿਉਂਕਿ ਚਾਂਦ ਰਾਤ ਨੇ ਤੁਸੀਂ ਮੈਨੂੰ ਟਾਈਮ ਨਹੀਂ ਦਿੱਤਾ ਤੇ ਹੁਣ ਹੁਣ ਮੈਂ ਇਸੇ ਖੁਸ਼ੀ ਦੇ ਵਿੱਚ ਹੁਣ ਸਵੇਰੇ ਜਿਹੜਾ ਨਾ ਤੁਹਾਨੂੰ ਮੇਰਾ ਈਦ ਦੀ ਦਾਵਤ ਜੀ ਮੋਟਰਸਾਈਕਲ ਲਏ ਆਪਾਂ ਸਹੀ ਕਰਾਉਣ ਵਾਸਤੇ ਅਤੇ ਹੁਣ ਇਹਦਾ ਕੰਮ ਸ਼ੰਮ ਕਰਵਾਈਏ ਉਸ ਤੋਂ ਬਾਅਦ ਫਿਰ ਵੇਖਦੇ ਹਾਂ ਕਿ ਕਿੰਨਾ ਕੁ ਹੋ ਜਾਂਦਾ ਅਤੇ ਕਿੰਨਾ ਕਰਿਆ ਜਾਂਦਾ ਉਹ ਕੰਮ ਇਹਦਾ ਵਾਹਵਾ ਹੀ ਹੋਣ ਵਾਲਾ ਅਸਲ ਥੱਕੀ ਵੀ ਹਾਲਤ ਹੈ ਜੀ ਨਾ ਹੈੱਡਲਾਈਟ ਦਾ ਮੈਨੂੰ ਬਹੁਤ ਜ਼ਿਆਦਾ ਇਸ਼ੂ ਹੋ ਰਿਹਾ ਸੀ ਮੈਂ ਕਿਹਾ ਅੱਜ ਹੈੱਡਲਾਈਟ ਵੀ ਸਹੀ ਕਰਾ ਲਈਏ ਟਾਈਮ ਕੱਢ ਕੇ ਹਨੇਰੇ ਦੇ ਵਿੱਚੋਂ ਇਸ਼ਾਰੇ ਵੀ ਪਵਾ ਦੇਣੇ ਜਾਓ ਇੰਜਨ ਵਾਲੀ ਇੱਕ ਛੱਡ ਕੇ ਬਾਕੀ ਜਿਹੜੀਆਂ ਲਾਹ ਦਿਓ ਅਤੇ ਆਹ ਕਚਰਾ ਆ ਇੱਥੋਂ ਜਿਹੜਾ ਸਾਰਾ ਰਮੇਟ ਫੋੜ ਦਿਓ ਲਓ ਜੀ ਫਰੰਟ ਲੈਣ ਆਪਣੀ ਚੱਲ ਜੀ ਬਹੁਤ ਬਹੁਤ ਸਵਾਲ ਬਸ ਬੈਕ ਵੀ ਦੱਸ ਮੇਰਾ ਫਰੰਟ ਆਇਆ ਫਰੰਟ ਹੈ 2 hours later ਮਾਸ਼ਾਅੱਲਾ ਜੀ ਘਰ ਪਹੁੰਚ ਗਏ ਹਾਂ ਲੇਕਿਨ ਮੋਟਰਸਾਈਕਲ ਦਾ ਕਾਫੀ ਹੱਦ ਤੱਕ ਕਮ ਵੰਟ ਫਾਈਵ ਆਪਣੀ ਹੋ ਗਈ ਪੂਰੀ ਚੈੱਕ ਕਰੋ ਦੋਵੇਂ ਇਸ਼ਾਰੇ ਨਵੇਂ ਪਵਾਤੇ ਨੇ ਬੈਕ ਤੁਸੀਂ ਕਹਿਣਾ ਇਹ ਤੀਬ ਕੀ ਲਿਖਿਆ ਇਹ ਤੀਬ ਜਿਹਦੇ ਕੋਲ ਮੈਂ ਲਈ ਸੀ ਨਾ ਮੋਟਰਸਾਈਕਲ ਉਸ ਬੰਦੇ ਦਾ ਨਾਮ ਸੀ ਹਜੇ ਤੱਕ ਵਿਚਾਰੇ ਦਾ ਨਾਮ ਤੀਬ ਹੀ ਚੱਲ ਰਿਹਾ ਮੈਂ ਮਤਲਬ ਨੰਬਰ ਪਲੇਟ ਬਣਵਾਈ ਨੰਬਰ ਪਲੇਟ ਮੇਰੀ ਪਰਸੋਂ ਟੁੱਟ ਗਈ ਹੈ ਨੰਬਰ ਪਲੇਟ ਵੀ ਹੁਣ ਬਣਵਾਵਾਂਗਾ ਬਾਕੀ ਫਰੰਟ ਲੈਂਡ ਵੀ ਪਵਾਤੀ ਫਰੰਟ ਦੇ ਇਸ਼ਾਰੇ ਵੀ ਪਵਾਤੇ ਸਾਰਾ ਕੰਮ ਕੁੰਮ ਮਤਲਬ 80% ਹੋ ਗਿਆ 20% ਰਹਿ ਗਿਆ ਉਹ ਜਿਹੜਾ ਨਾ ਹੁਣ ਰਾਤ ਹੋ ਗਈ ਸੀ 8 ਵਜਣ ਵਾਲੇ ਨੇ ਤਾਂ ਮੈਂ ਕਿਹਾ ਸੁਬਹਾ ਕਰਾਵਾਂਗੇ ਉਹ ਬਾਈ ਨੇ ਵੀ ਪਿੰਡ ਦਾ ਆਇਆ ਉਹਨੇ ਵਾਪਸ ਜਾਣਾ ਸੀ ਅਤੇ ਮਾਂ ਜੀ ਮੇਰਾ ਤਾਂ ਕੋਈ 80% ਹੋ ਗਿਆ ਤਾਂ ਤੁਸੀਂ ਦੱਸੋ ਤੁਹਾਡਾ ਕਿੰਨੇ ਪਰਸੈਂਟ ਹੋ ਗਿਆ ਤੁਹਾਡਾ ਵੀ ਕੋਈ ਨਿਬੜਿਆ ਸੂਟਾਂ ਸਾਟਾਂ ਦਾ ਕੀ ਨਿਬੜ ਗਿਆ ਕੋਈ ਆਟਾ ਦਲੀਆ ਕਰ ਲਓ ਰਾਤ ਹੋ ਗਈ ਭੁੱਖ ਬੜੀ ਲੱਗ ਗਈ ਅਤੇ ਕੁਛ ਪਕਾ ਪਕੂ ਲਓ ਹੁਣ ਕਿਉਂਕਿ ਵਾਲਦਾ ਮੈਂ ਦਰਜ ਨਾਲ ਛੱਡਿਆ ਉਸ ਤੋਂ ਬਾਅਦ ਉੱਥੋਂ ਮੈਂ ਸਿੱਧਾ ਆਇਆ ਵਾਪਸ ਪਹਿਲੇ ਮੈਂ ਵਾਲ ਵੂਲ ਕਟਾਏ ਅੱਜ ਆਪਣੀ ਚਾਂਦ ਰਾਤ ਹੈ ਸੱਜ ਵਾਲ ਕੱਟੇ ਕਹਿੰਦੇ ਮੇਰੀ ਦਾੜੀ ਲੱਥ ਗਈ ਨੇ ਅੱਜ ਆਪਣੀ ਚਾਂਦ ਰਾਤ ਹੈ ਯਾਰ ਘਰ ਮੈਂ ਬਾਜ਼ਾਰੋਂ ਮੈਂ ਬਾਜ਼ਾਰੋਂ ਆਉਂਦੇ ਹਾਂ ਤੁਹਾਨੂੰ ਪੁੱਛਿਆ ਨਾ ਅਸੀਂ ਬਾਜ਼ਾਰ 'ਚ ਲੰਘ ਗਏ ਮੈਂ ਪੁੱਛਿਆ ਨਹੀਂ ਤੇ ਤੁਹਾਨੂੰ ਉੱਥੋਂ ਖਾ ਕੇ ਆ ਜਾਂਦੇ ਲੈ ਮੈਂ ਕਿਉਂ ਜਾਂਦੀ ਪਰੇ ਉੱਥੋਂ ਖਾ ਕੇ ਆ ਜਾਂਦੇ ਆਪਾਂ ਤੇ ਆਉਂਦੇ ਹੋਏ ਆਪਾਂ ਲਈ ਜਾਂਦੇ ਲੈ ਅਸਤਗਫਿਰੁੱਲਾ ਵੇਖੋ ਕਿਡੇ ਵੇਖੋ ਤੁਸੀਂ ਫਰੇਮ ਚੈੱਕ ਕਰੋ ਤੁਸੀਂ ਵਾਹ ਜੀ ਵਾਹ ਕਿਆ ਬਾਤ ਹੈ ਮੈਂ ਤੁਹਾਨੂੰ ਕਿਹਾ ਲੈਣ ਜਾਓ ਆਪਾਂ ਬਾਜ਼ਾਰ 'ਚੋਂ ਲੰਘ ਗਏ ਆਪਾਂ ਆਉਂਦੇ ਹਾਂ ਤਾਂ ਪੈਕ ਕਰਾਈ ਲਿਆਉਂਦੇ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ ਜਦੋਂ ਮੈਂ ਤੁਹਾਨੂੰ ਦਰਜਨ ਲੈਣ ਵਾਸਤੇ ਗਿਆ ਬਾਜ਼ਾਰੋਂ ਗਿਆ ਵਾਂ ਉੱਥੇ ਮੋਟਰਸਾਈਕਲ ਦਾ ਕੰਮ ਕਰਾਉਣ ਤੂੰ ਮੈਨੂੰ ਕਹਿੰਦੇ ਖਾਣ ਲਓ ਤਾਂ ਕੁਛ ਲਈ ਆ ਮੈਂ ਪੈਕ ਕਰਾਈ ਲਿਆਂਦਾ ਇਹ ਜਿਹੜਾ ਨਹੀਂ ਇੱਕ ਇੱਥੇ ਉਹੀ ਗੱਲ ਯਾਦ ਆਉਂਦੀ ਕਿ ਤੁਸੀਂ ਘਰੇ ਨਾ ਸਾਰੇ ਕੰਮ ਕੁੰਮ ਕਰ ਲਓ ਮਾਂ ਜੀ ਨੂੰ ਪੁੱਛ ਲਓ ਮਾਂ ਜੀ ਕੋਈ ਕੰਮ ਤਾਂ ਨਹੀਂ ਮਾਂ ਨੇ ਕਹਿਣਾ ਨਹੀਂ ਤੇ ਜਦੋਂ ਤੁਸੀਂ ਬਹਿੰਦੇ ਜਾਣਾ ਨਾ ਜਦੋਂ ਤੁਸੀਂ ਇਹ ਇੰਜ ਕਰਕੇ ਬਹਿਣਾ ਉਹਨਾਂ ਕਹਿਣਾ ਉਹ ਪੁੱਤ ਮੋਟਰ ਚੱਲਦੀ ਵੀ ਸੀ ਉਹ ਤਾਂ ਬੰਦ ਕਰੀ ਠੀਕ ਹੈ ਤੁਸੀਂ ਉੱਠਣਾ ਜਾ ਕੇ ਮੋਟਰ ਬੰਦ ਕਰ ਤੁਸੀਂ ਕਹਿਣਾ ਹੋਰ ਕੋਈ ਕੰਮ ਤਾਂ ਨਹੀਂ ਨਹੀਂ ਕੋਈ ਕੰਮ ਨਹੀਂ ਫਿਰ ਆਏ ਜੇ ਆ ਕੇ ਇੱਦਾਂ ਤੁਸੀਂ ਬੈਠੇ ਓਏ ਮੈਨੂੰ ਇੱਕ ਗਲਾਸ ਪਾਣੀ ਦਾ ਤਾਂ ਪਿਆ ਦੇ ਇਹ ਤੂੰ ਮੈਨੂੰ ਪਹਿਲੇ ਬਹਿ ਤੀ ਬਾਅਦ 'ਚ ਬਹਿੰਦਾ ਤੂੰ ਵੀ ਡਿੱਗਣ ਦੀ ਕਰਦਾ ਪਿਆ ਅਗਲੇ ਬੰਦੇ 'ਤੇ ਪਾ ਦੇਣਾ ਠੀਕ ਹੈ ਆਪਦੇ 'ਤੇ ਕੋਈ ਗੱਲ ਨਹੀਂ ਆਉਂਦੀ ਹੁਣ ਮੈਂ ਮੂੰਹ ਮਾਂ ਧੋਲਾਂ ਯਾਰ ਮੈਂ ਵਾਲ ਵੀ ਕਟਾਏ ਨਹਾਉਣ ਨੂੰ ਮੇਰਾ ਜੀ ਕੋਈ ਨਹੀਂ ਕਰਦਾ ਬਾਹਰ ਬੜੀ ਠੰਡ ਹੈ ਅਤੇ ਅੱਜ ਮੈਂ ਮਰਾਸੀ ਠੀਕ ਹੈ ਅੱਜ ਨਹਾਉਣ ਨੂੰ ਮੇਰਾ ਕੋਈ ਦਿਲ ਨਹੀਂ ਕਰ ਰਿਹਾ ਆਪਾਂ ਤੇਰਾ ਭਰਾ ਬਾਬਾ ਜੀ ਮੂੰਹ ਮਾਂ ਧੋਏਗਾ ਵਾਲ ਮੈਨੂੰ ਕੋਈ ਤੰਗ ਨਹੀਂ ਕਰ ਰਹੇ ਦੇਖਦੇ ਹਾਂ ਸ਼ਾਇਦ ਨਹਾਉਣਾ ਪੈ ਜਾਵੇ A few moments later ਤੋ ਜੀ ਹੁਣ ਚੈੱਕ ਕਰੋ ਤੁਹਾਡੇ ਭਰਾ ਨੇ ਵਾਲ ਵੂਲ ਕਟਾ ਲੈਣੇ ਦਾੜੀ ਸ਼ਾੜੀ ਮੁੰਨੀ ਗਈ ਹੈ ਨਹਾ ਨੂ ਕੇ ਹੋ ਗਿਆ ਫਰੈਸ਼ ਹੁਣ ਅੱਜ ਚਾਂਦ ਰਾਤ ਬਣਦੀ ਹੈ ਮੇਰੀ ਤੇ ਭਾਈ ਸਿੱਧੀ ਜਿਹੜੀ ਗੱਲ ਹੈ ਰੰਗ ਨਿਕਲਿਆ ਗਿਆ ਤੁਹਾਨੂੰ ਮੈਂ ਅੱਗੇ ਮੈਂ ਲਿਬੜਿਆ ਤਿਬੜਿਆ ਰਹਿੰਦਾ ਉਹ ਫਿਰ ਤੁਸੀਂ ਹੁਣ ਗੱਲ ਮੰਨਦੇ ਨਹੀਂ ਠੀਕ ਹੈ ਇਹ ਹੁਣ ਚੈੱਕ ਕਰੋ ਇਹ ਨਿਖਾਰ ਨਿਕਲਿਆ ਕਿ ਨਹੀਂ ਪੂਰਾ ਮੈਨੂੰ ਆਪ ਨੂੰ ਭਾਈ ਮੈਂ ਫਰੈਸ਼ ਹੋ ਗਿਆ ਮੂੰਹ ਵਾਲ ਸ਼ਾਲ ਫਰੈਸ਼ ਹੋ ਗਿਆ
ਸਕਿਨ ਪਾਲਿਸ਼ ਜੀ ਉਹ ਪਤਾ ਨੀ ਕੀ ਮੈਨੂੰ ਤਾਂ ਉਲਝਣ ਹੀ ਹੋ ਜਾਂਦੀ ਸੀਗੀ ਅੱਧੇ ਮੇਰੇ ਉਹਨੇ ਵਾਲ ਬਰਾਊਨ ਕਰ ਦਿੱਤੇ ਯਾਰ ਵਾਕਈ ਕੰਮ ਸੈੱਟ ਹੋ ਗਿਆ ਨਹੀਂ ਨਹੀਂ ਸੱਚੀ ਉਹ ਮਤਲਬ ਮੈਂ ਆਪਣੇ ਆਪ ਨੂੰ ਸੋਹਣਾ ਲੱਗਣ ਡਿਆ ਪਤਾ ਨੀ ਕੀ ਰੋਲ ਹੈ ਹਜੇ ਤਾਂ ਮੈਂ ਸ਼ਰਟ ਜਿਹੜੀ ਇਸਤਰੀ ਕੀਤੇ ਬਗੈਰ ਪਾਤੀ ਵੱਟ ਵੁੱਟ ਪਏ ਨੇ ਠੀਕ ਹੈ ਮੈਨੂੰ ਲੱਭੀ ਹੈ ਤਾਂ ਮੈਂ ਇਹੀ ਪਾ ਲਈ ਹਜੇ ਤਾਂ ਉਹ ਸ਼ਰਟ ਮੈਂ ਪਾਈ ਹੋਵੇ ਇੱਥੇ ਕਿਤੇ ਕੋਈ ਗੁਲਾਬੀ ਗੁਲੂਬੀ ਚਿੱਟੇ ਜਿਹੇ ਰੰਗ ਦੀ ਅਤੇ ਫਿਰ ਤਾਂ ਹੋਰ ਰੰਗ ਨਿਖਾਰੋ ਨਾ ਹਜੇ ਤਾਂ ਉਹ ਗ੍ਰੀਨ ਸ਼ਰਟ ਹੈ ਉਹ ਗ੍ਰੀਨ ਸ਼ਰਟ ਆ ਉਹ ਡਾਰਕ ਡਾਰਕ ਜਿਹਾ ਨਾ ਅਤੇ ਵਿੱਚੋਂ ਅਜੇ ਕਲਰ ਨਹੀਂ ਮੇਰਾ ਉੱਭਰ ਕੇ ਬਾਹਰ ਆ ਰਿਹਾ ਹਾਂ ਹਜੇ ਤਾਂ ਮੇਰਾ ਕਲਰ ਉੱਭਰ ਕੇ ਬਾਹਰ ਆ ਰਿਹਾ ਜਿੱਦਾਂ ਮੈਂ ਇੱਥੇ ਚੰਗੇ ਕੱਪੜੇ ਪਾਲਾਂ ਤਾਂ ਇੱਥੇ ਤਾਂ ਛੁਰੀਆਂ ਵੱਜ ਜਾਣੀਆਂ ਨੇ ਇੱਥੇ ਤਾਂ ਛੁਰੀਆਂ ਵੱਜ ਜਾਣੀਆਂ ਬਲੇਡ ਵੱਜ ਜਾਣੇ ਨੇ ਵਾਮ ਦੇ ਤੁਹਾਨੂੰ ਨਹੀਂ ਪਤਾ ਅਜੇ ਹਾਂਜੀ ਅਤੇ ਹੁਣ ਕੋਈ ਖਾਣ ਦਾ ਬੰਦੋਬਸਤ ਕਰ ਲਓ ਯਾਰ ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ ਸੁਬਹਾ ਮੈਂ ਛੋਟਾ ਜਿਹਾ ਨਾਸ਼ਤਾ ਕੀਤਾ ਸਿਰਫ ਹਲਕਾ ਜਿਹਾ ਮਾਮੂਲੀ ਜਿਹਾ ਇਹ ਸ਼ਹਿਰ ਵਾਲੇ ਮੈਨੂੰ ਤਾਨੇ ਨਾ ਦੇਵੋ ਸ਼ਹਿਰ ਮੈਂ ਕੰਮ ਕਰਾ ਰਿਹਾ ਸੀ ਮੈਂ ਆਵਾਰਾਗਰਦੀ ਨਹੀਂ ਸੀ ਕਰ ਰਿਹਾ ਮੈਂ ਕੰਮ ਕਰਵਾ ਰਿਹਾ ਸੀ ਮੈਂ ਦੁਕਾਨ 'ਤੇ ਬੈਠਾ ਹਾਂਜੀ ਠੀਕ ਹੈ ਜਿਹੜੀ ਸ਼ਾਇਦ ਨਹੀਂ ਖਾਣ ਨੂੰ ਦੀ ਕਰਦਾ ਨਾ ਉਹ ਹੀ ਸ਼ਾਇਦ ਚਲੋ ਫਿਰ ਗੋੜਾ ਲੈ ਬਣਾਓ ਆਏ ਹਾਏ ਹਾਏ ਬਾਹਰ ਠੰਡਾ ਮਿੱਠਾ ਜਿਹਾ ਮੌਸਮ ਕਿਤੇ ਗੋੜਾ ਲੈ ਚੋਲਾਂ ਦੀ ਦੇਗ ਲੱਥੀ ਹੋਵੇ ਆਏ ਹਾਏ ਕਿਉਂ ਨਹੀਂ ਖਾਂਦੇ ਜਾਣੇ ਨਹੀਂ ਨਾਲ ਰੋਟੀ ਵੀ ਪਕਾ ਲੈਂਦੇ ਨਾਲ ਪਕਾ ਲੈਣਾ ਗੋੜਾ ਲੈ ਚਾਵਲ ਮਤਲਬ ਅੱਧੀ ਰੋਟੀ ਖਾ ਕੇ ਨਾਲ ਅੱਧੀ ਪਲੇਟ ਗੋੜਾ ਵਾਲੇ ਚਾਵਲਾਂ ਦੀ ਫਿਰ ਟਰਾਈ ਕਰਦੇ ਹਾਂ ਫਿਰ ਤਾਂ ਸਵਾਦ ਵੀ ਆਏਗਾ ਨਾ ਤੁਸੀਂ ਹੁਣ ਪੂੜੇ ਖਵਾਏ ਸਾਨੂੰ ਮੀਂਹ ਦੇ ਵਿੱਚ ਨਾ ਹੁਣ ਤੁਸੀਂ ਗੋੜਾ ਦੇ ਚੋਲ ਖਵਾਉਣ ਡੇ ਜੇ ਠੀਕ ਹੈ ਬਸ ਇੱਕ ਤਾਂ ਮਾਈਆਂ ਦਾ ਨਾ ਇਹ ਗੱਲ ਜਿਹੜੀ ਹੁਣ ਵੇਖਿਓ ਅਰੇ ਅੱਖਾਂ ਗਰਮ ਹੋ ਗਈਆਂ ਇੱਕ ਤਾਂ ਮੋਬਾਈਲ ਦੀ ਬੈਟਰੀ ਗਰਮ ਹੁੰਦੀ ਮੇਰੀਆਂ ਅੱਖਾਂ ਗਰਮ ਹੋ ਜਾਂਦੀਆਂ ਨੇ ਚਲੋ ਛੇਤੀ ਕੋਈ ਕਰੋ ਆਟਾ ਦਲੀਆ ਅਤੇ ਉਸ ਵੇਖੋ ਆਪ ਸਪਰਾਈਟਾਂ ਵੀ ਪੀ ਲਈਆਂ ਨੇ ਸੈਵਨ ਅਪ ਪੀ ਲਈਏ ਠੀਕ ਹੈ ਉਹ ਬੋਤਲ ਮਕਾਈ ਪਈ ਹੈ ਕਿਨਾਰੇ 'ਤੇ ਲੱਗੀ ਪਈ ਹੈ ਅਤੇ ਹੁਣ ਜਿਹੜਾ ਨਾ ਅਸਤਗਫਿਰੁੱਲਾ ਬੇਇਨਸਾਫੀਆਂ ਮੈਂ ਕਰਦਾ ਵਾਹ ਜੀ ਵਾਹ ਕੀ ਅੱਛਾ ਅੱਛਾ ਤੁਸੀਂ ਘੁੱਟ ਨਹੀਂ ਭਰੀ ਚਲੋ ਲਾਓ ਸੈਵਨ ਅਪ ਦਾ ਘੁੱਟ ਗਰਮ ਹੋ ਗਈ ਚੱਲ ਮੈਂ ਬਸ ਮੈਂ ਚੈੱਕ ਕਰਨੀ ਸੀ ਬਸ ਗੱਲ ਕੀਤੀ ਤੁਸੀਂ ਗੱਲ ਜਿਹੜੀ ਨਾ ਬੜੀ ਗਹਿਰੀ ਕਰ ਛੱਡੀਏ ਇੱਕ ਗੱਲ ਦੇ ਵਿੱਚ 10 ਗੱਲਾਂ ਲੱਗਦੇ ਨੇ ਉਹ ਹੁੰਦਾ ਨਾ ਕਿ ਕੋਈ ਅਲਫਾਜ਼ ਐਵੇਂ ਦੇ ਹੁੰਦੇ ਨੇ ਕਿ ਜਿਹੜੇ ਨਾ ਉਹ ਨਾ ਸਿਆਣੇ ਮੇਰੀ ਨਾਨੀ ਕਹਿੰਦੀ ਹੁੰਦੀ ਸੀ ਪੁੱਤਰ ਲੈ ਗਈਆਂ ਨੌਵਾਂ ਤੇ ਧੀਆਂ ਲੈ ਗਏ ਹੋਰ ਮਾਪੇ ਇੰਜ ਆਪਣੇ ਘਰ ਵਿੱਚ ਬੈਠੇ ਜਿਵੇਂ ਬੈਠੇ ਨੇ ਚੋਰ ਤੇ ਉਹ ਨਾਨੀ ਸਾਡੀ ਤਾਂ ਮਾਸ਼ਾਅੱਲਾ ਪੰਜ ਪੁੱਤਰ ਸੀ ਚਾਰ ਧੀਆਂ ਸਾਰੇ ਆਪਣੇ ਆਪਣੇ ਘਰਾਂ 'ਚ ਨਾਨੀ ਇਕੱਲੀ ਹੁੰਦੀ ਸੀ ਨਾਨਾ ਫੌਤ ਹੋ ਗਿਆ ਨਾਨੀ ਫਿਰ ਐਵੇਂ ਦੀਆਂ ਗੱਲਾਂ ਸਾਨੂੰ ਸੁਣਾ ਦਿੰਦੀ ਸੀ ਨਹੀਂ ਤੁਹਾਨੂੰ ਪੁੱਤਰਾਂ ਨੇ ਕੰਮ 'ਤੇ ਤਾਂ ਜਾਣਾ ਹੀ ਹੋਣਾ ਉਹ ਨਾ ਫਿਰ ਉਹ ਆਪੋ ਆਪਣੇ ਘਰਾਂ ਵਾਲੇ ਸੀ ਫਿਰ ਨਾਨੀ ਵਿਚਾਰੀ ਨੂੰ ਵੇਖਣਾ ਹੀ ਕੌਣ ਪੁੱਛਦਾ ਕੋਈ ਨਹੀਂ ਪੁੱਛਦਾ ਸੀ ਸਾਰੀਆਂ ਆਪੋ ਤੋਂ ਆਪ ਅਤੇ ਸਾਰਾ ਨਾਨੀ ਵਿਚਾਰੀ ਨੇ ਅਸੀਂ ਇਕੱਲੀ ਬੈਠੀ ਉਹਨਾਂ ਦਾ ਚਲੋ ਬਸ ਬਸ ਹੁਣ ਜਿਹੜਾ ਨਾ ਨਾਨੀ ਦੇ ਕੋਲ ਨਾਨੀ ਨੇ ਆਖਣਾ ਦੋਤੀਆਂ ਨਾ ਹੋਣ ਤਾਂ ਮੈਨੂੰ ਕਿੰਨੇ ਪੁੱਛਣਾ ਚਲੋ ਅੱਲਾ ਖੈਰ ਕਰੇਗਾ ਆਪਾਂ ਵੀ ਦੋ ਤੇਰੇ ਪੋਤਰੇ ਸਾਰੇ ਕੁਛ ਲਿਆਵਾਂਗੇ ਤੇਰੀ ਨਾਨੀ ਤੇ ਜਿਹੜੀ ਸੋਹਣੀ ਸੀ ਨਾ
ਸੋਹਣੀ ਸੀ ਲੇਕਿਨ ਮੇਰੀ ਨਾਨੀ ਬੜੀ ਸੋਹਣੀ ਸੀ ਯਕੀਨ ਕਰ ਮੇਰੀ ਨਾਨੀ ਜਿਹੜੀ ਸੀ ਨਾ ਨਾਨੀ ਸਾਡੀ ਐਵੇਂ ਸੀ ਯਕੀਨ ਕਰਦੇ ਸਲਮਾਨ ਜਿਵੇਂ ਪਰੀ ਹੁੰਦੀ ਪਰੀ ਹੁੰਦੀ ਹਾਂ ਇੰਨੀ ਸੋਹਣੀ ਹੁੰਦੀ ਸੀ ਜਿਵੇਂ ਪਰੀ ਹੁੰਦੀ ਚਿੱਟਾ ਰੰਗ ਅਤੇ ਸਮਾਰਟ ਜਿਹੀ ਅਤੇ ਇੰਨੀਆਂ ਤਿੱਖੀਆਂ ਤਿੱਖੀਆਂ ਅੱਖਾਂ ਅਤੇ ਤਿੱਖਾ ਨੱਕ ਕੁਤਰਿਆ ਹੋਇਆ ਇੰਝ ਕਰਕੇ ਇੰਨੀ ਸੋਹਣੀ ਸੀ ਨਾ ਜੀ ਕਰਦਾ ਹੁੰਦਾ ਸੀ ਮੇਰਾ ਦਿਲ ਹੁਣ ਵੀ ਕਰਦਾ ਸਾਡੀ ਨਾਨੀ ਜੀ ਨਹੀਂ ਹੁੰਦੀ ਸਾਨੂੰ ਵੇਖਦੇ A few moments later ਰਾਤ ਦੇ ਵੱਜ ਗਏ ਨੇ 9:11 ਅਤੇ ਅਸੀਂ ਜਾ ਕੇ ਲਈਏ ਰੋਟੀਆਂ ਰੋਟੀਆਂ ਅਗਰ ਲੱਭ ਗਈਆਂ ਤਾਂ ਹਨੇਰਾ ਹੋ ਗਿਆ ਫੁੱਲ ਗੈਸ ਚਲੀ ਗਈ ਹੈ ਅਤੇ ਹੁਣ ਰੋਟੀਆਂ ਲਿਆਈਏ ਲੈ ਕੇ ਆ ਰਹੇ ਅਤੇ ਮੌਸਮ ਹਲਕੀ ਜਿਹੀ ਬਾਰਿਸ਼ ਹੋਈ ਹੈ ਕੁਛ ਅੱਜ ਹੋਈ ਹੈ ਥੋੜ੍ਹੀ ਜਿਹੀ ਕੱਲ੍ਹ ਹੋਈ ਹੈ ਅਤੇ ਜਿਹਦੇ ਨਾਲ ਮੌਸਮ ਇੰਨਾ ਕੁ ਜ਼ਿਆਦਾ ਠੰਡਾ ਹੋ ਗਿਆ ਹੈ ਨਾ ਕਿ ਹੁਣ ਮੈਂ ਟੀ ਸ਼ਰਟ ਪਾਈ ਹੈ ਅਤੇ ਟੀ ਸ਼ਰਟ ਫੀਲ ਹੋ ਰਹੀ ਹੈ ਠੰਡ ਮਤਲਬ ਹੋਸਟਲ ਭਜਾਈ ਨਹੀਂ ਜਾ ਰਹੀ ਅਜੇ ਸਿਰਫ 9 ਨੇ ਅਤੇ ਮਤਲਬ ਚੰਗਾ ਭਲਾ ਮੌਸਮ ਚੇਂਜ ਹੋ ਗਿਆ ਕੁਛ ਆਪਾਂ ਨੇ ਵੇਖਿਆ ਸਵੈਟ ਸ਼ਰਟਾਂ ਦੁਬਾਰਾ ਪਾਈਆਂ ਹੋਈਆਂ ਨੇ ਅਤੇ ਕੁਛ ਅੱਜ ਮੈਂ 2-3 ਬੰਦੇ ਵੇਖਿਆ ਜਿਹਨੇ ਜੈਕਟਾਂ ਪਾਈਆਂ ਹੋਈਆਂ ਸੀ ਕਮਾਲ ਹੋ ਗਿਆ ਨਹੀਂ ਅਸੀਂ ਘਰ ਵੀ ਆਪਾਂ ਆ ਗਏ ਮਾਂ ਜੀ ਗੱਲਾਂ ਚੰਗੀਆਂ ਨਹੀਂ ਹੈਗੀਆਂ ਪਸੰਦ ਮੈਨੂੰ ਕੀ ਮੈਨੂੰ ਤੁਸੀਂ ਬਾਜ਼ਾਰ ਭੇਜਦਾ ਮੇਰੇ ਨਾਲ ਤੁਸੀਂ ਗੋੜ ਵਾਲੇ ਚੋਲਾਂ ਦਾ ਵਾਅਦਾ ਕਰਕੇ ਮੈਨੂੰ ਤੁਸੀਂ ਰੋਟੀਆਂ ਲੈਣ ਘੱਲਿਆ ਠੀਕ ਹੈ ਅਤੇ ਮੈਂ ਰੋਟੀਆਂ ਲੈ ਕੇ ਆਇਆ ਮੈਂ ਰੋਟੀਆਂ ਲੈਣ ਇੱਥੇ ਦੂਜੀ ਗੈਸ ਦੇ ਉੱਤੇ ਜਿਹਦੇ 'ਤੇ ਆਹ ਪੱਕੀਆਂ ਨੇ ਸਿਲੰਡਰ 'ਤੇ ਠੀਕ ਹੈ ਅਤੇ ਸਿਲੰਡਰ ਦੇ ਉੱਤੇ ਆਪਣੇ ਕੋਲ ਦੂਜੇ ਗੋੜ ਵਾਲੇ ਚੋਲ ਨਹੀਂ ਸੀ ਪੱਕਣੇ ਕਿਉਂਕਿ ਮੈਨੂੰ ਗੋੜ ਵਾਲੇ ਚੋਲਾਂ ਦਾ ਵਾਅਦਾ ਕਰਕੇ ਲਾਰਾ ਕੱਲ੍ਹ ਮੈਨੂੰ ਪੂੜਿਆਂ ਦਾ ਲਾਰਾ ਲਾਇਆ ਅੱਜ ਮੈਨੂੰ ਗੋੜ ਵਾਲੇ ਚੋਲਾਂ ਦਾ ਲਾਰਾ ਲਾਇਆ ਕਿ ਪੁੱਤ ਮੀਂਹ ਪੈਂਦਾ ਠੰਡੀ ਹਵਾ ਚੱਲਦੀ ਆਪਦੇ ਕਿਸੇ ਸਾਰੇ ਸੁਣਾਏ ਕਿ ਅਸੀਂ ਨਿੱਕੇ ਹੁੰਦੇ ਸੀ ਐਵੇਂ ਹਵਾ ਚੱਲਣੀ ਠੀਕ ਹੈ ਅਤੇ ਸਾਡੇ ਮਾਂ ਪਿਓ ਨੇ ਸਾਨੂੰ ਕਦੀ ਗੋੜ ਵਾਲੇ ਚੋਲ ਪਕਾ ਕੇ ਦੇ ਕਦੀ ਰੋਜ਼ ਖੀਰ ਪਕਾ ਕੇ ਦੇ ਠੀਕ ਹੈ ਕਿਸੇ ਸੁਣਾ ਸੁਣਾ ਕੇ ਅਗਲੇ ਦੇ ਮੂੰਹ 'ਚ ਪਾਣੀ ਕੱਢ ਦੇਣਾ ਅਤੇ ਪਾਣੀ ਜਦੋਂ ਅਗਲੇ ਮੂੰਹ 'ਚ ਆ ਕੇ ਬਸ ਬਾਅਦ ਵਿੱਚ ਫਿਰ ਜੀ ਗੱਲ ਗੋਲਮੇਲ ਕਰ ਅਤੇ ਤੁਸੀਂ ਨਾ ਗੱਲਾਂ ਸੁਣਾਇਆ ਕਰੋ ਅਸੀਂ ਤੁਹਾਨੂੰ ਕੋਈ ਹੱਥ ਫੜ ਕੇ ਤਾਂ ਨਹੀਂ ਕਿਹਾ ਕਿ ਸਾਨੂੰ ਗੱਲ ਸੁਣਾਓ ਹਾਂ ਮੈਨੂੰ ਗੋੜ ਵਾਲੇ ਚੋਲਾਂ ਦਾ ਲਾਰਾ ਲਾ ਕੇ ਮੈਨੂੰ ਰੋਟੀਆਂ ਲੈਣ ਘਲਾ ਤਾਂ ਮੈਂ ਰੋਟੀਆਂ ਲੈ ਕੇ ਬਾਜ਼ਾਰੋਂ ਆਇਆ ਅਤੇ ਉਹਦਿਆਂ ਨੂੰ ਉਹ ਸੇਵੀਆਂ ਜਿਹੜੀਆਂ ਨਾ ਉਹ ਗੋਲ ਮੋਲ ਕਰਕੇ ਛੇ ਛੇਤੀ ਤੇ ਜਿਹੜਾ ਵੀ ਟਾਈਮ ਰਹਿੰਦਾ ਸਿੱਧਾ ਘੰਟਾ ਮੈਂ ਚੌਲ ਭੇਜ ਰੱਖੂੰਗੀ ਫਿਰ ਉਹਨਾਂ ਨੂੰ ਪਕਾਉਂਗੀ ਟਾਈਮ ਲੱਗ ਜਾਣਾ ਗੈਸ ਚਲੀ ਜਾਣੀ ਵਿੱਚੇ ਮੈਂ ਜਲਦੀ ਜਲਦੀ ਥੋੜ੍ਹੀਆਂ ਸੇਵੀਆਂ ਬਣਾ ਲੈਣੀ ਮਿੱਟੀਆਂ ਇਸ ਵਾਸਤੇ ਮੈਂ ਆਪਦੇ ਪੁੱਤਰ ਦੇ ਕਹਿਣ ਤੇ ਸੇਵੀਆਂ ਮਿੱਟੀਆਂ ਮਗਰ ਚਲੋ ਸਰਕਾਰ ਮੇਰੀ ਅੱਧਾ ਘੰਟਾ ਆਪਾਂ ਕਿਹੜਾ ਇੱਥੇ ਇੰਡੀਆ ਤੇ ਜੰਗ ਤੇ ਲੜਨ ਜਾਣਾ ਸਾਧਨ ਵੀ ਬਣਾਉਣਾ ਸੀ ਸਭੇ ਦੋਵੇਂ ਚੀਜ਼ਾਂ ਸੀ ਤੇ ਫਿਰ ਮੈਂ ਕੀ ਕਰਦੀ ਜਲਦੀ ਦੇ ਵਿੱਚ ਇਹ ਹੁੰਦਾ ਚਲੋ ਮੈਂ ਆਪਾਂ ਨੂੰ ਸਵੇਰੇ ਸੇਵੀਆਂ ਨਹੀਂ ਤੇ ਸਵੇਰੇ ਚੌਲ ਬਣਾ ਲਾ ਪਤਾ ਨਾ ਆਦਤ ਦਾ ਪਤਾ ਕਿ ਮਿੱਠਾ ਅਸੀਂ ਖਾਣ ਵਾਲੇ ਨਹੀਂ ਠੀਕ ਹੈ ਥੋੜ੍ਹਾ ਜਿਹਾ ਇੱਕ ਵਾਰ ਮਿੱਠਾ ਖਾ ਲਿਆ ਤੇ ਫਿਰ 4 ਦਿਨ ਮਿੱਠਾ ਨਹੀਂ ਖਾਣਾ ਹੁਣ ਸੇਵੀਆਂ ਖਾ ਲਈਆਂ ਇਹ ਬੱਚਿਆਂ ਕੁੱਚੀਆਂ ਸਵੇਰੇ ਖਵਾ ਦੇਣੀਆਂ ਨਾਸ਼ਤੇ 'ਚ ਉਹ ਮਿੱਠੇ ਚੌਲਾਂ ਦਾ ਕੀ ਚੌਲ ਫਿਰ 3 ਮਹੀਨੇ ਦਾ ਡਿਲੇ ਹੋ ਜਾਣਾ ਚੌਲ ਤਾਂ ਮੈਨੂੰ ਪਤਾ ਹੈ ਉਹ 3 ਮਹੀਨੇ ਦਾ ਪ੍ਰੋਜੈਕਟ ਉਹ ਲੰਮਾ ਪ੍ਰੋਜੈਕਟ ਆ ਉਹ ਲੰਮਾ ਪ੍ਰੋਜੈਕਟ ਆ ਗੋੜ ਵਾਲੇ ਮੈਂ ਖਾ ਹੋਏ ਸੀ ਗੋੜ ਵਾਲੇ ਮੈਂ ਖਾ ਲੈਣੇ ਸੀ ਇਨਸ਼ਾਅੱਲਾ ਮੈਂ ਨਾ ਕੱਲ ਨੂੰ ਤੁਹਾਨੂੰ ਗੋੜ ਵਾਲੇ ਚੌਲ ਬਣਾ ਦਾਂਗੇ ਫਿਰ ਦਹੀਂ ਪਾ ਕੇ ਖਾ ਲੈਣੇ ਚਲੋ ਨਹੀਂ ਮੈਂ ਚੈੱਕ ਕਰਕੇ ਦੱਸਦਾ ਉਰੇ ਲਿਆਓ ਇਹ ਆਹ ਬਹਿ ਗਏ ਆਪਾਂ ਓਏ ਹੋਏ 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 ਮੁੰਡੇ ਹੋ ਗਏ ਇੱਕ ਤੇ ਹੁਣ ਨਾ ਤੁਰਿਆ ਫਿਰਿਆ ਵੀ ਨਹੀਂ ਜਾਂਦਾ ਹਾਂ ਤੇ ਹੋਰ ਕੀ ਬਿਸਮਿਲ੍ਲਾ ਬਦਾਮ ਕਿੱਥੇ ਬਸ ਐਵੇਂ ਗੁਜ਼ਾਰਾ ਮਜ਼ਾਰਾ ਹੀ ਆ ਨਹੀਂ ਕੰਮ ਸਵਾਦੀ ਕੰਮ ਮੈਂ ਕਿਹਨੇ ਐਡਜਸਟ ਕਰਤਾ ਮੈਂ ਤੇ ਨਾ ਬੋਲਣਾ ਨਾਲ ਇੱਕ ਵਕਤ ਕਰਕੇ ਦੀ ਨਹੀਂ ਤੇ ਨਾਲੇ ਚਸਕੇ ਮਾਰਦਾ ਨਹੀਂ ਨਹੀਂ ਯਾਰ ਕੰਮ ਬਿਲਕੁਲ ਸਵਾਦੀ ਹੈ ਚੈੱਕ ਕਰੋ ਯਾਰ ਬਿਲਕੁਲ ਹੈ ਫੁੱਲ ਖਤਰ ਤੁਹਾਡਾ ਹੈ ਨਵੇਂ ਬੁੱਢੇ ਬਾਬਿਆਂ ਵਾਲੀ ਗਜ਼ਾ ਬੁੱਢੇ ਬਾਬਾ ਅਸੀਂ ਬੁੱਢੇ ਹਾਂ ਅਸੀਂ ਕਿਹੜਾ ਜਵਾਨ ਹਾਂ ਮੌਸਮ ਦੇ ਹਿਸਾਬ ਨਾਲ ਬਣਾਈਆਂ ਵਾ ਮੌਸਮ ਦੇ ਹਿਸਾਬ ਨਾਲ ਹਾਂਜੀ ਠੰਡ ਸੀ ਤੇ ਮੈਂ ਕਿਹਾ ਬਾਰਿਸ਼ ਪੈਣ ਦਈਏ
ਰਸਮਿਸਾ ਦਾ ਮੌਸਮ ਆ ਉਹ ਕਿਹੜਾ ਮੌਸਮ ਹੁੰਦਾ ਨੋਟੀਫਿਕੇਸ਼ਨ ਮਿਲਦਾ ਰਹੇ ਤਾਂ ਮੈਨੂੰ ਇਜਾਜ਼ਤ ਇਨਸ਼ਾਅੱਲਾ ਮਿਲਾਂਗੇ ਨੈਕਸਟ ਵਲੋਗ ਦੇ ਵਿੱਚ ਅੱਲਾ ਹਾਫਿਜ਼।